ਤੁਸੀਂ ਪਹਿਲਾਂ ਕਾਂਗਰਸ 'ਚ ਸੀ ਫਿਰ ਅਕਾਲੀ ਦਲ ਦੇ ਵਿੱਚ ਹੁਣ ਅਕਾਲੀ ਦਲ ਨੂੰ ਵੀ ਤੁਸੀਂ ਛੱਡਤਾ ਕੀ ਗੱਲ ਆ ਲੋਕਾਂ ਦੇ ਵਿੱਚ ਚਰਚਾ ਹੈਗੀ ਮੌੜ ਮੰਡੀ ਤੇ ਤਲਵੰਡੀ ਸਾਬੋ ਦੇ ਵਿੱਚ ਵੀ ਜੀਤਮਿੰਦਰ ਸਿੰਘ ਸਿੱਧੂ ਸਟੇਬਲ ਕਿਉਂ ਨਹੀਂ ਲੋਕ ਇਹ ਵੀ ਕਹਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਨਾਲ ਜੀਤਮਿੰਦਰ ਸਿੱਧੂ ਦੀ ਇੱਕ ਗੱਲ ਆ ਪਰ ਬੀਬਾ ਜੀ ਨਾਲ ਬਣਦੀ ਨਹੀਂ ਪ੍ਰੋਬਲਮ ਹੀ ਉੱਥੋਂ ਸ਼ੁਰੂ ਹੋਈ ਹੈ ਪੋਲੀਟੀਕਲ ਕੈਰੀਅਰ ਦਾ ਤੇ ਲਾ ਕੇ ਜੀ ਦੇ ਸ਼ੁਡ ਸ਼ੀ ਸ਼ੁਡ ਨਾਟ ਫੋਰਗੇਟ ਇਟ ਐਵਰ ਇਫ ਸ਼ੀ ਹੈਜ਼ ਦਿਸ ਮਚ ਆਫ ਹਿਊਮੈਨਿਟੀ ਇਨ ਹਰ ਸਿੱਧੂ ਸਾਹਿਬ ਇਸ਼ਾਰਾ ਫਿਰ ਕਿਹਦਾ ਲੱਗਦਾ ਹੈਗਾ ਤੁਹਾਡਾ ਤਾਂ ਕੋਈ ਉਹ ਜਿਹਾ ਅਕਾਲੀ ਦਲ ਦਾ ਕੰਪੀਟੀਟਰ ਵੀ ਨਹੀਂ ਉਹ ਜਿਹਾ ਕੋਈ ਇਸ਼ਾਰਾ ਤਾਂ ਹੁਣ ਇਹ ਤੁਸੀਂ ਇਹ ਕੁਐਸਚਨ ਤੁਸੀਂ ਸਾ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਸਕਦੇ ਅਕਾਲੀ ਦਲ ਦਾ ਵਰਕਰ ਆ ਪੁਰਾਣੇ ਵਰਕਰ ਆ ਇਹ ਏਰੀਏ ਦੇ ਵਿੱਚ ਉਹ ਕਹਿੰਦੇ ਨੇ ਵੀ ਇਹ ਘੁਸਰ ਪੁਸਰ ਤਾਂ 25-20 ਦਿਨਾਂ ਦਾ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਵੀ ਜੀਤਮਿੰਦਰ ਸਿੰਘ ਹੋ ਸਕਦਾ ਕਾਂਗਰਸ 'ਚ ਹੋ ਸਕਦਾ ਬੀਜੇਪੀ 'ਚ ਵੀ ਤੁਸੀਂ ਕੋਈ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਵੀ ਇਹ ਜਿਹਾ ਕੀ ਹੋ ਗਿਆ ਵੀ ਜਿਹੜੀ ਗੱਲ ਤੁਹਾਨੂੰ ਇਹ ਕਹਿਣ ਲਈ ਮਜਬੂਰ ਕਰ ਗਈ ਵੀ ਸਦਾ ਲਈ ਮੈਂ ਹੁਣ ਅਕਾਲੀ ਦਲ 'ਚ ਨਹੀਂ ਜਾਊਂਗਾ ਵਿਸ਼ਵਾਸ ਘੱਟ ਰਿਹਾ ਤੁਸੀਂ ਪੁਰਾਣੇ ਬੰਦੇ ਹੋ 4 ਵਾਰ MLA ਰਹੇ ਹੋ ਵੋਟ ਬੈਂਕ ਤੁਹਾਡਾ ਨਿੱਜੀ ਵੀ ਆ ਅਕਾਲੀ ਦਲ ਦਾ ਵੋਟ ਬੈਂਕ ਵੀ ਆ ਵੀ ਕਿਤੇ ਨਾ ਕਿਤੇ ਤਾਂ ਬਹੁਤ ਗੱਲਾਂ ਹੋਈਆਂ ਹੋਣਗੀਆਂ ਨਾ ਵੀ ਇੱਦਾਂ ਹੋ ਗਿਆ ਤਾਂ ਫਿਰ ਤਾਂ ਪਾਰਟੀ ਖੇਤਰੀ ਪਾਰਟੀ ਨੂੰ ਲੈ ਕੇ ਜਿੱਥੇ ਗੱਲ ਹੁੰਦੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਧਰਨਾ ਵੀ ਲੱਗਿਆ ਸੀ ਸ਼ਾਇਦ ਤੁਸੀਂ ਉੱਥੇ ਨਹੀਂ ਮੌਜੂਦ ਸੀ ਵੀ ਉਹ ਚੀਜ਼ਾਂ ਇੱਕ ਪਾਸੇ ਹੋ ਰਹੀਆਂ ਤੇ ਇੱਕ ਪਾਸੇ ਜਿਹੜੇ ਪਾਰਟੀ ਦੇ ਸੀਨੀਅਰ ਬੰਦੇ ਆ ਉਹ ਪਾਸੇ ਜਾ ਰਹੇ ਪਰਪਸ ਹਲ ਹੋ ਗਿਆ ਨਾ ਪਰਪਸ ਆਫ ਦਿਸ ਸ਼ੋਅ ਕੌਜ਼ ਨੋਟਿਸ ਵਾਸ ਕਿ ਜੀਤਮਿੰਦਰ ਨੂੰ ਆਪਦੀ ਜਗ੍ਹਾ ਦਿਖਾਉਣੀ ਹੈ ਕਿ ਬਈ ਤੇਰੀ ਪਾਰਟੀ 'ਚ ਕੋਈ ਹੁਣ ਜਗ੍ਹਾ ਨਹੀਂ ਕੀ ਸੁਖਬੀਰ ਸਿੰਘ ਬਾਦਲ ਜੀਤਮਿੰਦਰ ਨੂੰ ਤਾੜ ਨਹੀਂ ਸਕਦਾ ਛੋਟਾ ਭਰਾ ਹੋਣਾ ਕਿ ਯਾਰ ਤੂੰ ਜੀਤਮਿੰਦਰ ਆ ਕੀ ਮੈਂ ਸੁਣੀ ਜਾਂਦਾ ਆ ਕੀ ਇਹ ਕੋਈ ਰਿਲੇਸ਼ਨਸ਼ਿਪ ਜਿਹੜੀ ਮੀਟਿੰਗ ਦਾ ਤੁਸੀਂ ਜ਼ਿਕਰ ਕਰਦੇ ਹੋ ਹੋਈ ਹੈ ਇੱਥੇ ਕਿਹੜੀ ਮੀਟਿੰਗ ਜਿਹੜੀ ਦਾ ਤੁਸੀਂ ਵੀ ਟਰਾਂਸਪੋਰਟ ਇੱਥੇ ਕੋਈ ਮੀਟਿੰਗ ਹੋਈ ਜਾਂ ਇਦਾਂ ਦਾ ਕੁਝ ਕੱਲ ਹੋਈ ਮੀਟਿੰਗ ਕੱਲ ਮੀਟਿੰਗ ਹੋ ਕੇ ਕਹਾਇਆ ਗਿਆ ਕਿ ਜੀਤਮਿੰਦਰ ਦੇ ਉਲਟ ਬੋਲੋ ਇਹ ਤਾਂ ਹੈ ਨਹੀਂ ਕਿ ਜਿਹੜੇ ਬੰਦੇ ਉੱਥੇ 100 ਬੰਦਾ ਗਿਆ ਉਹਦੇ 'ਚੋਂ ਮੇਰਾ ਬੰਦਾ ਹੀ ਨਹੀਂ ਗਿਆ 60% ਤਾਂ ਮੇਰੇ ਬੰਦੇ ਸੀ ਉੱਥੇ ਗਏ ਜਿਹੜੇ ਬਹੁਤ ਲੋਕ ਇਹ ਵੀ ਕਹਿ ਰਹੇ ਆ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਹਾਡੀ ਨਹੀਂ 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 ਠੀਕ ਹੈ ਨਾ ਨਜ਼ਦੀਕੀ ਆ ਵੀ ਬੀਜੇਪੀ ਨਜ਼ਦੀਕੀ ਮੈਂ ਕੈਪਟਨ ਅਮਰਿੰਦਰ ਸਿੰਘ ਮੈਂ ਮੰਨਦਾ ਮੈਂ ਨਜ਼ਦੀਕੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਬਠਿੰਡੇ ਦੇ ਵਿੱਚ ਇੱਕ ਵੱਡਾ ਸਿਆਸੀ ਧਮਾਕਾ ਹੋ ਗਿਆ ਜੀਤਮਿੰਦਰ ਸਿੰਘ ਸਿੱਧੂ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਨੇ ਹਾਲਾਂਕਿ ਪਾਰਟੀ ਵੱਲੋਂ ਇੱਕ ਸ਼ੋਅ ਕੌਜ਼ ਨੋਟਿਸ ਜਾਰੀ ਕੀਤਾ ਗਿਆ ਸੀ ਕਾਰਨ ਦੱਸੋ ਨੋਟਿਸ ਮੁਅੱਤਲ ਕੀਤਾ ਗਿਆ ਸੀ ਉਹਨਾਂ ਨੂੰ ਪਰ ਜੇ ਜੀਤਮਿੰਦਰ ਸਿੰਘ ਦਾ ਸਾਰਾ ਬੈਕਗ੍ਰਾਉਂਡ ਦੇਖਦੇ ਹਾਂ ਪੋਲੀਟੀਕਲ 4 ਵਾਰੀ ਵਿਧਾਇਕ ਰਹੇ ਨੇ ਅਤੇ ਤਲਵੰਡੀ ਸਾਬੋ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣਾ ਨਿੱਜੀ ਵੋਟ ਬੈਂਕ ਵੀ ਰੱਖਦੇ ਨੇ ਅਤੇ ਸਿਆਸੀ ਸਮਝ ਅਤੇ ਸਿਆਸੀ ਪਕੜ ਵੀ ਆ ਪਰ ਅਜਿਹਾ ਕੀ ਹੋਇਆ ਵੀ ਉਹਨਾਂ ਨੂੰ ਖੁਦ ਨੂੰ ਮੀਡੀਆ ਸਾਹਮਣੇ ਆ ਕੇ ਕਹਿਣਾ ਪੈ ਗਿਆ ਵੀ ਅਕਾਲੀ ਦਲ ਨਾਲ ਹੁਣ ਸਾਡਾ ਤੋੜ ਵਿਛੋੜਾ ਹੋ ਗਿਆ ਹਾਲਾਂਕਿ ਪਹਿਲਾਂ ਉਹਨਾਂ ਦੇ ਕਰੀਬੀ ਸੰਬੰਧ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਰਹੇ ਨੇ ਕਾਂਗਰਸ ਦੇ ਵਿੱਚ ਵੀ ਰਹੇ ਨੇ ਪਰ ਹੁਣ ਅਕਾਲੀ ਦਲ ਨਾਲ ਕਿਉਂ ਮੋਹ ਭੰਗ ਹੋ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਿੱਧੂ ਸਾਹਿਬ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਜੀ ਤੁਸੀਂ ਪਹਿਲਾਂ ਕਾਂਗਰਸ 'ਚ ਸੀ ਫਿਰ ਅਕਾਲੀ ਦਲ ਦੇ ਵਿੱਚ ਤੁਸੀਂ ਸਾਰਾ ਪ੍ਰੈਸ ਕਾਨਫਰੰਸ ਵੀ ਦੱਸਿਆ ਵੀ ਤੁਹਾਡੇ ਪਿਤਾ ਜੀ ਦੇ ਨਾਲ ਬਾਦਲ ਸਾਹਿਬ ਦੇ ਨਜ਼ਦੀਕੀ ਸੰਬੰਧ ਸੀ ਬਿਲਕੁਲ ਜੀ ਹੁਣ ਅਕਾਲੀ ਦਲ ਨੂੰ ਵੀ ਤੁਸੀਂ ਛੱਡਤਾ ਕੀ ਗੱਲ ਆ ਲੋਕਾਂ ਦੇ ਵਿੱਚ ਚਰਚਾ ਹੈਗੀ ਮੌੜ ਮੰਡੀ ਤੇ ਤਲਵੰਡੀ ਸਾਬੋ ਦੇ ਵਿੱਚ ਵੀ ਜੀਤਮਿੰਦਰ ਸਿੰਘ ਸਿੱਧੂ ਸਟੇਬਲ ਕਿਉਂ ਨਹੀਂ ਠੀਕ ਮੈਂ ਤਾਂ ਬਹੁਤ ਸਟੇਬਲ ਹਾਂ ਜੀ ਜੀ ਪਰ ਗੱਲ ਇਹ ਹੈ ਕਿ ਕਈ ਇਹੋ ਜਿਹੇ ਕਾਰਨ ਬਣ ਜਾਂਦੇ ਨੇ ਕੋਈ ਕਿਸੇ ਨੂੰ ਸ਼ੌਕ ਨਹੀਂ ਜੀ ਕੋਈ ਪਾਰਟੀ ਬਦਲਣਾ ਕੋਈ ਡਿਸੀਜਨ ਇਹੋ ਜਿਹਾ ਵੱਡਾ ਲੈਣਾ ਕੋਈ ਸੌਖਾ ਨਹੀਂ ਜੀ ਅੱਜ ਵੀ ਜਿਹੜਾ ਮੈਂ ਫੈਸਲਾ ਲਿੱਤਾ ਬੜੇ ਭਰੇ ਮਨ ਨਾਲ ਲਿੱਤਾ ਜੀ ਪਰ ਇਹ ਮੈਨੂੰ ਇਸ ਕਰਕੇ ਲੈਣਾ ਪਿਆ ਕਿ ਜਦੋਂ ਤੁਹਾਡੀ ਆਪਦੀ ਪਾਰਟੀ ਆਪਦਾ ਪ੍ਰਧਾਨ ਜਿਸ 'ਤੇ ਤੁਹਾਨੂੰ ਮਾਣ ਹੋਵੇ ਜਿਸ ਵਾਸਤੇ ਤੁਸੀਂ 24 ਘੰਟੇ ਕੰਮ ਕਰ ਰਹੇ ਹੋ ਉਹਨੂੰ ਉਹਦਾ ਵਿਸ਼ਵਾਸ ਉੱਠ ਜੇ ਜੀ ਅਤੇ ਇੱਕ ਸ਼ੋਅ ਕੌਜ਼ ਨੋਟਿਸ ਥਰੂ ਮੀਡੀਆ ਡਾਇਰੈਕਟ ਕੋਈ ਵੀ ਨਾ ਆਵੇ ਥਰੂ ਮੀਡੀਆ ਪਤਾ ਲੱਗੇ ਕਿ ਜੀ ਤੁਸੀਂ ਐਂਟੀ ਪਾਰਟੀ ਐਕਟੀਵਿਟੀ ਕਰ ਰਹੇ ਹੋ ਅਤੇ ਸਾਨੂੰ ਇਸ ਚੀਜ਼ ਦਾ ਜਵਾਬ ਦਿਓ ਕਿ 24 ਘੰਟੇ ਦੇ ਅੰਦਰ ਅੰਦਰ ਕਿ ਤੁਸੀਂ ਐਂਟੀ ਪਾਰਟੀ ਐਕਟੀਵਿਟੀ ਕਿਉਂ ਕਰ ਰਹੇ ਹੋ ਜੇ ਤੁਸੀਂ ਜਵਾਬ ਨਹੀਂ ਦਿੱਤਾ ਤਾਂ ਅਸੀਂ ਤੁਹਾਨੂੰ ਪਾਰਟੀ 'ਚੋਂ ਕੱਢ ਦੇਵਾਂਗੇ ਇਹ ਤਾਂ ਕੋਈ ਸਿਸਟਮ ਨਹੀਂ ਹੋਇਆ ਮੈਨੂੰ ਬੁਲਾ ਇਹੋ ਜਿਹੀ ਕੋਈ ਗੱਲ ਸੀ ਸਾ ਸੁਖਬੀਰ ਸਿੰਘ ਬਾਦਲ ਕੋਲੇ ਮੇਰਾ ਨੰਬਰ ਹੈ ਮੇਰੇ ਨਾਲ ਗੱਲ ਹੁੰਦੀ ਹੈ 2 ਤਰੀਕ ਹਲੇ ਅੱਜ 11 ਹੋਈ ਹੈ 2 ਤਰੀਕ ਨੂੰ ਤਲਵੰਡੀ ਸਾਬੋ ਮਸਤੂਆਣਾ ਸਾਹਿਬ ਅਸੀਂ ਇਕੱਠੇ ਹੋਏ ਹਾਂ ਜੀ ਉੱਥੇ ਬੈਠੇ ਹਾਂ ਗੱਲਬਾਤ ਹੋਈ ਹੈ ਕੋਈ ਜ਼ਿਕਰ ਨਹੀਂ ਹੋਇਆ ਇੱਕ ਦਮ ਹਫ਼ਤੇ ਦੇ ਅੰਦਰ ਅੰਦਰ ਇਹੋ ਜਿਹੀ
ਕਿਹੜੀ ਗੱਲ ਹੋ ਗਈ ਜਿਹੜੀ ਕਿ ਮੈਨੂੰ ਬਤੌਰ ਸ਼੍ਰੋਮਣੀ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਵੀ ਹਾਂ ਜੀ, MLA ਵੀ ਰਿਹਾ ਜੀ, ਇਹਨਾਂ ਦਾ ਕੈਂਡੀਡੇਟ ਵੀ ਰਿਹਾ, ਹੁਣ ਹਲਕਾ ਇੰਚਾਰਜ ਵੀ ਹਾਂ ਜੀ, ਕਿ ਇਹਨਾਂ ਨੂੰ ਇੰਨਾ ਡਰਾਸਟਿਕ ਸਟੈਪ ਚੱਕਣਾ ਪਿਆ ਕਿ ਮੈਨੂੰ ਸ਼ੋਅ ਕੌਜ਼ ਨੋਟਿਸ ਦੇਣਾ ਪਿਆ। ਤੇ ਟਾਈਮ ਕੀ ਦਿੰਦੇ ਨੇ? 24 ਘੰਟੇ ਦਾ। 7 ਵਜੇ ਕੱਲ ਪ੍ਰੈਸ ਰਿਲੀਜ਼ ਹੁੰਦਾ ਹੈ, ਮੈਨੂੰ ਹਲੇ ਤੱਕ, ਹੁਣ ਟਾਈਮ 5 ਵਜਣ ਵਾਲੇ ਨੇ ਜੀ, ਹਲੇ ਤੱਕ ਵੀ ਮੈਨੂੰ ਸ਼ੋਅ ਕੌਜ਼ ਨੋਟਿਸ ਜਿਹੜਾ ਇਹਨਾਂ ਨੇ ਦਿੱਤਾ ਹੈ ਉਹਦੀ ਮੇਰੇ ਕੋਲ ਕੋਈ ਕਾਪੀ ਨਹੀਂ ਆਈ। ਠੀਕ ਹੈ, ਹਾਰਡ ਕਾਪੀ ਸ਼ਾਇਦ ਨਾ ਭੇਜਦੇ ਹੋਣ, ਪਰ ਮਲੂਕਾ ਸਾਹਿਬ ਚੇਅਰਮੈਨ ਨੇ ਇਸ ਕਮੇਟੀ ਦੇ ਜੀ, ਉਹਨਾਂ ਦੇ ਨੰਬਰ ਤੋਂ ਮੈਨੂੰ ਸ਼ੋਅ ਕੌਜ਼ ਨੋਟਿਸ ਆ ਜਾਂਦਾ, ਲਿਖਿਆ ਹੁੰਦਾ ਉਹਦੇ 'ਚ ਕਿ ਵੀ ਆਹ ਆਹ ਗੱਲਾਂ ਸਾਨੂੰ ਪਤਾ ਲੱਗੀਆਂ ਨੇ, ਇਹਦਾ ਤੁਸੀਂ ਸਾਨੂੰ ਜਵਾਬ ਦਿਓ, ਫਿਰ ਅਸੀਂ ਫੈਸਲਾ ਕਰਾਂਗੇ। ਸਿੱਧੂ ਸਾਹਿਬ, ਜਦੋਂ ਇਹ ਮੀਡੀਆ 'ਚ ਆਇਆ ਤੁਹਾਡੇ ਜੱਗ ਜਾਹਰਾ, ਤੁਹਾਡੇ ਬਹੁਤ ਕਰੀਬੀ ਸੰਬੰਧ ਨੇ ਸੁਖਬੀਰ ਸਿੰਘ ਬਾਦਲ ਨਾਲ ਜੀ, ਤੁਸੀਂ ਟੱਲੀ ਖੜਕਾ ਦੇਣੀ ਸੀ ਵੀ ਮਿੱਤਰ ਪਿਆਰੇ ਕੀ ਹੋ ਗਿਆ? ਨਹੀਂ, ਮੈਂ ਨਹੀਂ ਖੜਕਾਈ ਜੀ, ਮੈਂ ਇਸ ਕਰਕੇ ਨਹੀਂ ਖੜਕਾਈ ਕਿ ਸ਼ੋਅ ਕੌਜ਼ ਨੋਟਿਸ ਦੇਣ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਬੁਲਾ ਲੈਣਾ ਚਾਹੀਦਾ ਸੀ, ਅਤੇ ਮੈਂ ਤਾਂ ਅੱਧੇ ਘੰਟੇ ਦੇ ਰਸਤੇ 'ਚ ਹਾਂ। ਪਰ ਜੋ ਕੱਲ੍ਹ ਇਹਨਾਂ ਨੇ ਇੱਕ ਹਲਕਾ ਤਲਵੰਡੀ ਸਾਬੋ ਦੇ ਚੰਨ ਲੋਕਾਂ ਨੂੰ ਚੂਜ਼ ਕਰਕੇ ਲੈ ਕੇ ਆ ਕੇ ਇੱਕ ਮੀਟਿੰਗ ਕੀਤੀ, ਕਿਸੇ ਹੋਰ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ, ਬਾਵਜੂਦ ਇਹਦੇ ਕਿ ਇਹਨਾਂ ਨੇ ਕੱਲ੍ਹ ਕੋਈ ਹਲਕਾ ਇੰਚਾਰਜ ਨਹੀਂ ਲਾਇਆ, ਬਟ ਇੰਪ੍ਰੈਸ਼ਨ ਇਹ ਦਿੱਤਾ ਗਿਆ ਕਿ ਸਰਵਿਸਿਜ਼ ਆਫ ਜੀਤਮਿੰਦਰ ਸਿੰਘ ਆਰ ਨੋ ਮੋਰ ਰਿਕੁਆਇਰਡ ਐਜ਼ ਅ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਇਨ ਤਲਵੰਡੀ ਸਾਬੋ, ਕਿਉਂਕਿ ਲੋਕਾਂ ਤੋਂ ਇੰਸਟੀਗੇਟ ਕਰਕੇ ਚੰਨ ਤੋਂ ਕੁਹਾਇਆ ਗਿਆ ਕਿ ਵੀ ਜੀਤਮਿੰਦਰ ਠੀਕ ਨਹੀਂ ਕੰਮ ਕਰ ਰਿਹਾ। ਇਹ ਮਤਲਬ ਇੱਕ ਸਾਜਿਸ਼ ਕਹਿ ਲਓ, ਪ੍ਰੀ ਪਲੈਨਡ ਕਹਿ ਲਓ, ਇਹ ਚੀਜ਼ ਚੱਲੀ। ਮੈਨੂੰ ਵੀ ਪਤਾ, ਆਫਟਰਆਲ ਜਿਹੜੇ ਬੰਦੇ ਜਾਂਦੇ ਆ, ਜੇ 100 ਬੰਦਾ ਉੱਥੇ ਗਿਆ ਸੀ, 60-70 ਤਾਂ ਮੇਰੇ ਹੀ ਬੰਦੇ ਸੀ। ਪਰ ਗਵਾਂਢੀਆਂ ਹਲਕੇ ਵਾਲੇ ਇੰਚਾਰਜ ਜਾਂ ਹੋਰ ਬਹੁਤ ਸਾਰੇ ਜਿਹੜਾ ਅਕਾਲੀ ਦਲ ਦਾ ਵਰਕਰ ਆ, ਪੁਰਾਣੇ ਵਰਕਰ ਆ ਇਹ ਏਰੀਏ ਦੇ ਵਿੱਚ, ਉਹ ਕਹਿੰਦੇ ਨੇ ਵੀ ਇਹ ਘੁਸਰ ਪੁਸਰ ਤਾਂ 25-20 ਦਿਨਾਂ ਦਾ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਵੀ ਜੀਤਮਿੰਦਰ ਸਿੰਘ ਹੋ ਸਕਦਾ ਕਾਂਗਰਸ 'ਚ, ਹੋ ਸਕਦਾ BJP 'ਚ, ਵੀ ਤੁਸੀਂ ਕੋਈ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ? ਕੀ ਪਾਰਟੀਆਂ ਜੀ ਤੇ ਜ਼ਿੰਮੇਵਾਰ ਪ੍ਰਧਾਨ ਜੀ ਵਿਦ ਸੋ ਮਚ ਆਫ ਐਕਸਪੀਰੀਅੰਸ ਇੰਟੈਲੀਜੈਂਸ ਜੀ, ਇਹ ਘੁਸਰ ਪੁਸਰ ਤੇ ਹੀ ਫੈਸਲੇ ਐਡੇ ਵੱਡੇ ਲੈ ਲੈਂਦੇ ਨੇ? ਆਈ ਐਮ ਸਰਪ੍ਰਾਈਜ਼ਡ ਕਿ ਘੁਸਰ ਫੁਸਰ ਜੇ ਚੱਲ ਰਹੀ ਸੀ ਤੇ ਬੁਲਾ ਲੈਂਦੇ। ਮਿਲੇ ਸੀ ਦੋ, ਮੈਂ ਦੱਸੀ ਜਾਂਦਾ ਜੀ, 2 ਤਰੀਕ ਤਾਂ ਦੂਰ ਨਹੀਂ ਹੈ, ਉਸ ਤੋਂ ਪਹਿਲਾਂ 14 ਤਰੀਕ ਨੂੰ ਜੇ ਘੁਸਰ ਫੁਸਰ ਚੱਲਦੀ, ਠੀਕ ਹੈ ਨਾ, ਤੇ 14 ਤਰੀਕ ਨੂੰ 3-4 ਹਜ਼ਾਰ ਬੰਦੇ ਦਾ ਇਕੱਠ, ਯੂਥ ਦਾ ਜੋ ਯੂਥ ਪ੍ਰਧਾਨ ਬਣਿਆ ਉਹ ਮਿਲੀ ਜਿਹੜੀ ਕਰ ਰਹੇ ਹੈ ਹਰ ਹਲਕੇ 'ਚ, ਫਿਰ ਮੈਂ ਕਿਉਂ ਕਰਦਾ ਜੀ? ਟਾਈਮ, ਐਨਰਜੀ, ਮਨੀ ਲੱਗਦਾ ਹੈ ਨਾ, ਤੇ ਮੈਨੂੰ ਕੀ ਲੋੜ ਸੀ? ਮੈਂ ਤਾਂ ਟਾਲ ਦਿੰਦਾ ਕਿ ਨਾ ਜੀ ਹੁਣ ਨਾ ਕਰੀਏ, 15 ਦਿਨ ਬਾਅਦ ਕਰ ਲੈਂਦੇ ਹਾਂ, 20 ਦਿਨ ਬਾਅਦ ਕਰ ਲੈਂਦੇ ਹਾਂ ਜੀ। ਇਹ ਸਿਰਫ ਇੱਕ ਵੈਲ ਪਲੈਨਡ, ਇਹਨਾਂ ਨੇ ਓਕੈਸਟ੍ਰੇਟਡ ਚੀਜ਼ ਕੀਤੀ ਹੈ ਜਿਹਦੇ ਨਾਲ ਮੇਰਾ ਨੁਕਸਾਨ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ। ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਕੰਮ ਕਰ ਰਹੇ। ਮੈਂ ਪ੍ਰੂਫ ਦਿਓ, ਮੈਂ ਅੱਜ ਵੀ ਮੰਗਦਾ, ਬੇਸ਼ੱਕ ਅੱਜ ਮੈਂ ਕਹਿਤਾ ਕਿ ਮੈਂ ਜੀ ਅਕਾਲੀ ਦਲ 'ਚ ਨਹੀਂ ਹਾਂ, ਛੱਡਤੀ ਅੱਜ ਮੈਂ ਪਾਰਟੀ, ਛੱਡਤੀ, ਬੜੇ ਦੁਖੀ ਮਨ ਹੋ ਕੇ ਸੁਖਬੀਰ ਨੂੰ ਮੈਂ ਲਾਈਕ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕੋਈ ਸੁਖਬੀਰ ਨਾਲ ਦੁਸ਼ਮਣੀ ਨਹੀਂ ਹੈ ਜੀ, ਹੁਣ ਵੀ ਜੇ ਕਿਤੇ ਮਿਲਾਂਗੇ, ਸਤਿਕਾਰ, ਮੇਰਾ ਵੱਡਾ ਭਰਾ ਹੈ, ਸਕੂਲ ਦਾ ਮੇਰਾ ਸੀਨੀਅਰ ਹੈ ਜੀ, ਠੀਕ ਹੈ ਨਾ, ਮੈਂ ਸਤਿਕਾਰ ਕਰਦਾ। ਤੁਹਾਡੇ ਦਿਲ ਦੀ ਗੱਲ ਬਾਹਰ ਆ ਗਈ, ਲੋਕ ਇਹ ਵੀ ਕਹਿੰਦੇ ਆ ਵੀ ਸੁਖਬੀਰ ਸਿੰਘ ਬਾਦਲ ਨਾਲ ਜੀਤਮਿੰਦਰ ਸਿੱਧੂ ਦੀ ਇੱਕ ਗੱਲ ਆ, ਪਰ ਬੀਬਾ ਜੀ ਨਾਲ ਬਣਦੀ ਨਹੀਂ, ਪ੍ਰੋਬਲਮ ਹੀ ਉੱਥੋਂ ਸ਼ੁਰੂ ਹੋਈ ਆ। ਇਹ ਤਾਂ ਹੁਣ ਬੀਬਾ ਜੀ ਨੂੰ ਪੁੱਛਣਾ ਪਊਗਾ ਜੀ, ਪਰ ਮੇਰੀ ਕੋਈ ਪ੍ਰੋਬਲਮ ਨਹੀਂ, ਮੇਰੀ ਜੋ ਜੇ ਮੇਰੀ ਜੋ ਡਿਊਟੀ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ, ਵਾਈਸ ਪ੍ਰੈਜ਼ੀਡੈਂਟ, ਮੈਂ ਸਮਝਦਾ ਕਿ ਮੈਂ 99% ਨਹੀਂ, 101% ਉਹ ਨਿਭਾਈ ਹੈ, ਅਤੇ ਖੂਬ ਨਿਭਾਈ ਹੈ, ਅਤੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕੀਤਾ। ਪਰ ਇਹਦਾ ਰਿਜ਼ਲਟ ਆ ਨਿਕਲਿਆ ਤਾਂ ਦੁੱਖ ਆਇਆ, ਹੋਰ ਕੁਛ ਨਹੀਂ। ਤੇ ਜੇ ਹੁਣ ਤੁਹਾਡੇ ਕੋਲੇ ਆਉਣਗੇ ਵੀ ਨਹੀਂ ਹੁਣ ਤਾਂ ਨਹੀਂ ਜੀ, ਤੁਸੀਂ ਇੱਕ ਸ਼ਬਦ ਬੋਲਿਆ ਵੀ ਸਦਾ ਲਈ ਨਹੀਂ ਜਾਓਗੇ, ਸਦਾ ਕਦੇ ਵੀ ਨਹੀਂ, ਅਕਾਲੀ ਦਲ ਚ ਨਹੀਂ ਜਾਵਾਂਗੇ। ਕੋਈ ਅਜਿਹੀ ਗੱਲ ਜਿਹੜੀ ਤੁਸੀਂ ਲੋਕਾਂ ਨੂੰ ਦੱਸਣੀ ਚਾਹੁੰਦੇ ਹੋ? ਠੀਕ ਹੈ, ਤੁਸੀਂ ਪ੍ਰੈਸ ਕਾਨਫਰੰਸ 'ਚ ਬਹੁਤ ਗੱਲਾਂ ਦੱਸਤੀਆਂ, ਤੁਸੀਂ ਆਪਦੇ ਪਿਤਾ ਜੀ ਬਾਰੇ ਜ਼ਿਕਰ ਕੀਤਾ, ਵੱਡੇ ਬਾਦਲ ਸਾਹਿਬ ਬਾਰੇ, ਤੁਹਾਡੀ ਮਿੱਤਰਤਾ, ਚਲੋ ਜੱਗ ਜਾਹਰ ਆ ਏਰੀਏ 'ਚ, ਪਰ ਜੇ ਕੁਝ ਦੱਸਣਾ ਚਾਹੋ ਵੀ ਇਹ ਜਿਹਾ ਕੀ ਹੋ ਗਿਆ ਵੀ ਜਿਹੜੀ ਗੱਲ ਤੁਹਾਨੂੰ ਇਹ ਕਹਿਣ ਲਈ ਮਜਬੂਰ ਕਰ ਗਈ ਵੀ ਸਦਾ ਲਈ ਮੈਂ ਹੁਣ ਅਕਾਲੀ ਦਲ 'ਚ ਨਹੀਂ ਜਾਊਂਗਾ? ਵਿਸ਼ਵਾਸ ਘੱਟ ਹੋਇਆ ਮੇਰੇ ਨਾਲ ਬਹੁਤ ਵੱਡਾ, ਮੈਂ ਆਪਦਾ ਪੋਲੀਟੀਕਲ ਕੈਰੀਅਰ ਦਾਅ 'ਤੇ ਲਾ ਕੇ
ਬੀਬਾ ਹਰਸਿਮਰਤ ਕੌਰ ਨੂੰ ਜਿਤਾਇਆ। ਤੁਸੀਂ ਤਾਂ ਸਿਟਿੰਗ MLA ਸੀ। ਸਿਟਿੰਗ MLA ਸੀ। ਕੌਣ ਸਿਟਿੰਗ MLA? ਇੱਕ ਛੋਟੇ ਤੋਂ ਛੋਟੇ, ਤੁਸੀਂ ਕਿਸੇ ਚੌਕੀਦਾਰ ਨੂੰ ਕਹਿੰਦੇ ਰਿਜ਼ਾਈਨ ਕਰਕੇ ਕੱਲ ਨੂੰ ਫਿਰ ਨੌਕਰੀ ਲੈ ਲਾ, ਲਊਗਾ? ਸਿਟਿੰਗ MLA, ਪੋਪੂਲਰ MLA, ਪਾਵਰਫੁਲ MLA ਆਈ ਕਾਲ ਮਾਈ ਸੈਲਫ ਜੀ, ਛੱਡ ਕੇ ਇਹਨਾਂ ਖਾਤਰ ਤੇ ਦਿੱਤਾ ਕੀ? ਇੱਜ਼ਤ ਵੀ ਨਹੀਂ ਮਿਲ ਰਹੀ। ਆਹ ਇੱਜ਼ਤ ਜਤਵਿੰਦਰ ਸਿੰਘ ਸਿੱਧੂ ਦੀ ਆਪਦੇ ਪ੍ਰਧਾਨ ਕੰਨਿਓ, ਇਹ ਪ੍ਰਧਾਨ ਦੇ ਇਸ਼ਾਰੇ ਨਾਲ ਹੀ ਹੋਇਆ ਨਾ, ਹੁਕਮ ਨਾਲ, ਇਸ਼ਾਰਾ ਤਾਂ ਨਹੀਂ, ਹੁਕਮ ਨਾਲ ਹੀ ਹੋਇਆ ਨਾ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਨਾ ਕਿਹਾ ਹੁੰਦਾ ਕਿ ਇਹ ਹੁੰਦਾ, ਮੈਨੂੰ ਦੱਸੋ ਤੁਸੀਂ। ਪਰ ਸਿੱਧੂ ਸਾਹਿਬ, ਇਸ਼ਾਰਾ ਫਿਰ ਕਿਹਦਾ ਲੱਗਦਾ? ਤੁਹਾਡਾ ਤਾਂ ਕੋਈ ਉਹ ਜਿਹਾ ਅਕਾਲੀ ਦਲ ਦਾ ਕੰਪੀਟੀਟਰ ਵੀ ਨਹੀਂ ਉਹ ਜਿਹਾ। ਕੋਈ ਇਸ਼ਾਰਾ ਤਾਂ ਹੁਣ ਤੁਸੀਂ ਇਹ ਕੁਐਸਚਨ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਸਕਦੇ। ਮੈਨੂੰ ਤਾਂ ਇੱਕ ਚਿੱਠੀ ਮੀਡੀਆ ਰਾਹੀਂ ਮਿਲੀ ਹੈ, ਦੁੱਖ ਹੋਇਆ, ਪਤਾ ਕੀਤਾ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਲੋਕਾਂ ਨਾਲ, ਆਪਦੇ ਵਰਕਰਾਂ ਨਾਲ ਗੱਲ ਕੀਤੀ, ਕਹਿੰਦੇ ਜ਼ਲੀਲ ਨਹੀਂ ਹੋਣਾ, ਚੱਲੀਏ। ਪਰ ਤੁਹਾਨੂੰ ਇਹ ਤਾਂ ਲੱਗਦਾ ਹੈਗਾ ਵੀ ਜਿਹੇ ਜਿਹਾ ਉਹਨਾਂ ਦਾ ਸਿਆਸੀ ਕੈਰੀਅਰ ਆ, ਸਿਆਸੀ ਇੱਕ ਪਰਿਵਾਰ ਆ, ਉਹ ਵੱਡਾ ਪਰਿਵਾਰ ਆ ਪੰਜਾਬ ਦਾ ਸਿਆਸੀ ਤੌਰ ਦੇ ਉੱਤੇ, ਹਾਂਜੀ, ਉਹਨਾਂ ਨੇ ਤੱਕੜੀ 'ਚ ਤੋਲਤਾ ਕਰਕੇ ਦੇਖਿਆ ਹੋਣਾ ਗਾ, ਐਂ ਤਾਂ ਕੋਈ ਗੱਲ ਹੁੰਦੀ ਨਹੀਂ। ਤੇ ਦੇਖਿਆ ਹੋਣਾ ਫਿਰ ਉਹੀ ਦੱਸਣਗੇ ਨਾ ਜੀ, ਕਿਉਂਕਿ 2024 ਦੀਆਂ ਇਲੈਕਸ਼ਨਾਂ ਕੋਲੇ ਆ, ਵੱਡਾ ਪ੍ਰਭਾਵ ਆ ਤਲਵੰਡੀ ਸਾਹਿਬ। ਇਹਦਾ ਮਤਲਬ ਤਾਂ ਇਹੀ ਹੈ ਕਿ ਉਹ ਸੋਚਦੇ ਕਿ ਜੀਤਮਿੰਦਰ ਇਰਰੈਲੀਵੈਂਟ ਹੈ ਹੁਣ। ਇਹੀ ਹੋ ਸਕਦਾ ਨਾ ਕਿ ਜੀਤਮਿੰਦਰ ਤਲਵੰਡੀ 'ਚ, ਮੌੜ 'ਚ, ਬਠਿੰਡਾ ਰੂਰਲ 'ਚ, ਬਠਿੰਡਾ ਅਰਬਨ 'ਚ ਇਰਰੈਲੀਵੈਂਟ ਹੈ। ਨਹੀਂ, ਤੁਸੀਂ ਆਪਦੀ ਸਿਆਸੀ ਗਤੀਵਿਧੀਆਂ ਘਟਾਤੀਆਂ? ਨਹੀਂ, ਕਿਉਂ ਘਟਾਤੀਆਂ ਜੀ? ਫਿਰ ਹੁਣ ਤਾਂ ਤੁਹਾਨੂੰ ਮੈਂ, ਨਹੀਂ ਨਹੀਂ ਉਹ ਠੀਕ ਹੈ, ਪਰ ਇਰਰੈਲੀਵੈਂਟ ਤਾਂ ਹੀ ਹੋਗੇ ਜੇ ਸਿਆਸੀ ਗਤੀਵਿਧੀਆਂ ਘਟਾਤੀਆਂ। ਮੈਂ ਤਾਂ ਕੋਈ ਘਟਾਈ ਨਹੀਂ, ਮੇਰਾ ਵਰਕਿੰਗ ਸਟਾਈਲ ਡਿਫਰੈਂਟ ਹੋ ਸਕਦਾ ਹੈ। ਮੇਰਾ ਵਰਕਿੰਗ ਸਟਾਈਲ ਡਿਫਰੈਂਟ ਹੋ ਸਕਦਾ ਹੈ ਜੀ, ਠੀਕ ਹੈ ਨਾ, ਬਟ ਗਤੀਵਿਧੀਆਂ ਨਹੀਂ। ਆਈ ਐਮ ਇਨ ਟੱਚ ਵਿਦ ਈਚ ਐਂਡ ਐਵਰੀ ਵਰਕਰ ਆਫ ਮਾਈਨ, ਠੀਕ ਹੈ ਨਾ। ਦੁੱਖ ਸੁੱਖ 'ਚ ਆਉਂਦੇ ਹਾਂ, ਹੁਣ ਮੈਂ ਇਕੱਲਾ ਹੀ ਨਹੀਂ, ਮੇਰਾ ਬੇਟਾ, ਠੀਕ ਹੈ, ਜਿੱਥੇ ਮੈਂ ਬਾਈ ਚਾਂਸ ਨਹੀਂ ਆ ਸਕਦਾ, ਕੋਈ ਇਹੋ ਜਿਹੇ ਮਜਬੂਰੀ ਹੋ ਜਾਂਦੀ ਹੈ, ਮੈਨੂੰ ਬਾਹਰ ਜਾਣਾ ਪੈ ਜਾਂਦਾ, ਕਿਤੇ ਹੋਰ ਹੋ ਜਾਂਦਾ ਜੀ, ਮੇਰਾ ਬੇਟਾ ਫਿਲ ਇਨ ਕਰਦਾ ਆਉਂਦਾ ਜਾਂਦਾ, ਕੋਈ ਕਿਸੇ ਹਲਕੇ 'ਚ ਤਾਂ ਕਿਸੇ ਨੂੰ ਸ਼ਿਕਾਇਤ ਹੀ ਨਹੀਂ ਕੀ। ਤੁਸੀਂ ਵਰਕਰਾਂ ਦੇ ਨਾਲ ਸਲਾਹ ਕੀਤੀ ਪਾਰਟੀ ਛੱਡਣ ਤੋਂ ਪਹਿਲਾਂ? ਹਾਂਜੀ, ਕੱਲ੍ਹ ਅਤੇ ਅੱਜ, ਕੱਲ੍ਹ ਅਤੇ ਅੱਜ ਕੀਤੀ, ਟੈਲੀਫੋਨ 'ਤੇ ਗੱਲਾਂ ਕੀਤੀਆਂ, ਅਤੇ ਮਜੋਰਿਟੀ ਆਫ ਦੈਮ ਸੈਡ ਕਿ ਹਾਂਜੀ, ਹੁਣ ਜਾਣਾ, ਹੁਣ ਟਾਈਮ ਆ ਗਿਆ, ਜਾਣਾ ਚਾਹੀਦਾ, ਕਿਉਂਕਿ ਇਸ ਤੋਂ ਉੱਤੇ ਗੱਲ ਕੋਈ ਹੋ ਨਹੀਂ ਸਕਦੀ। ਚਲੋ, ਹੁਣ ਮੈਂ ਇਹ ਤਾਂ ਨਹੀਂ ਪੁੱਛੂੰਗਾ ਵੀ ਅਕਾਲੀ ਦਲ ਦਾ ਕੀ ਭਵਿੱਖ ਰਿਹਾ ਹੈ, ਚਲੋ ਤੁਸੀਂ ਉਸ ਹਿਸਾਬ ਨਾਲ, ਹੁਣ ਜਦੋਂ ਪਾਰਟੀ ਹੀ ਤੁਸੀਂ ਛੱਡ। ਬਿਲਕੁਲ ਨਹੀਂ, ਮੈਂ ਆਈ ਡੋਂਟ ਵਿਸ਼ ਬੈਡ ਫੋਰ ਅਕਾਲੀ ਦਲ, ਮੈਂ ਕੋਈ ਅਕਾਲੀ ਦਲ ਲੀਡਰਸ਼ਿਪ ਪ੍ਰਤੀ ਮੇਰੀ ਕੋਈ ਹਾਰਡ ਫੀਲਿੰਗ ਨਹੀਂ ਹੈ, ਬਟ ਇਹ ਮੈਨੂੰ ਖੁਦ ਨੂੰ ਦਰਦ ਹੈ, ਖੁਦ ਨੂੰ ਅਫਸੋਸ ਹੈ, ਠੀਕ ਹੈ। ਉਹਨਾਂ ਦੇ, ਦੇਖੋ ਉਹਨਾਂ ਦੀ ਪਾਰਟੀ ਹੈ ਜਿਹੜੀ ਅਨੁਸ਼ਾਸਨੀ ਕਮੇਟੀ ਆ, ਉਹਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੇ, ਵਿਰਸਾ ਸਿੰਘ ਬਲਟੋਹਾ ਨੇ, MLA ਸੁੱਖੀ ਨਹੀਂ, ਚਲੋ MLA ਸੁੱਖੀ ਨੇ, ਉਹਨਾਂ ਦੇ ਨਾਲ ਵੀ ਕਿਸੇ ਦੀ ਤੁਹਾਡੀ ਨੇੜਤਾ ਤਾਂ ਹੋਊਗੀ ਵੀ ਯਾਰ? ਨੇੜਤਾ ਹੈ, ਮਲੂਕਾ ਸਾਹਿਬ ਨਾਲ ਮੇਰੀ ਨੇੜਤਾ, ਗਵਾਂਢੀ ਵੀ ਹੈ, ਗਵਾਂਢੀ ਵੀ ਹੈ, ਮਨਤਾਰ ਬਰਾੜ ਨਾਲ ਮੇਰੀ ਨੇੜਤਾ ਹੈ, ਬਲਟੋਹੇ ਨੂੰ ਮਿਲਦੇ ਆ, ਠੀਕ ਹੈ, ਦੂਰ ਨੇ, ਸੁੱਖੀ ਜੀ ਨੂੰ ਹੈਲੋ ਹਾਏ ਹੈ, ਮਤਲਬ ਇਹ ਤਾਂ ਹੈ ਨਹੀਂ ਕਿ ਕੋਈ ਉਹਨਾਂ ਦੀ ਮੇਰੇ ਨਾਲ ਕੋਈ ਖੁੰਦਕ ਹੋਵੇ। ਇਹ ਤਾਂ ਸਰ ਸੁਖਬੀਰ ਸਿੰਘ ਬਾਦਲ ਜੀ ਦੇ ਕਿਹਾ ਤਾਂ ਇਹ ਹੋਇਆ, ਨਹੀਂ ਤਾਂ ਇਕੱਲਾ ਮਲੂਕਾ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਕੋਈ ਮੇਰੀ ਆਲ ਓਵਰ ਸਡਨ ਓਵਰਨਾਈਟ ਕੀ ਜੀ ਮੈਂ ਐਂਟੀ ਪਾਰਟੀ ਐਕਟੀਵਿਟੀ ਕਰਨ ਲੱਗ ਗਿਆ ਜੀ? ਕਿਸੇ ਨੂੰ ਇਸ ਚੀਜ਼ ਦਾ ਸੁਪਨਾ ਤਾਂ ਨਹੀਂ ਆਉਂਦਾ, ਕੋਈ ਪਰੂਫ ਹੁੰਦਾ ਹੈ? ਜੇ ਮਲੂਕਾ ਸਾਹਿਬ ਨੂੰ ਮਹਿਸੂਸ ਹੁੰਦਾ ਇਹ ਕਿ ਐਂਟੀ ਪਾਰਟੀ ਐਕਟੀਵਿਟੀ ਕਰ ਰਿਹਾ, ਬਈ ਟੈਲੀਫੋਨ ਕਰਕੇ ਕੀ ਸਿੱਧੂ ਕੀ ਕਰੀ ਜਾਂਦਾ ਤੂੰ, ਇਹ ਤੇਰੀ ਆ ਸ਼ਿਕਾਇਤ ਆਈ ਹੈ ਜੀ? ਜੀ, ਮੇਰੇ ਵੱਡੇ ਨੇ, ਮੇਰੇ ਸੀਨੀਅਰ ਨੇ, ਕਹਿ ਸਕਦੇ ਸੀ, ਪਰ ਕੁਛ ਵੀ ਨਹੀਂ, ਚਿੱਠੀ ਪਾ ਦਿਓ, ਕੱਢ ਦਿਓ, ਕੱਢੀ ਜਾਓ, ਫਿਰ ਇਸ ਦਿਸ ਦੀ ਐਂਡ, ਦਿਸ ਇਜ਼ ਜਸਟ ਦੀ ਬਿਗਨਿੰਗ, ਇਟ ਇਜ਼ ਨੋਟ ਦੀ ਐਂਡ, ਇਹ ਤਾਂ ਬਿਗਨਿੰਗ ਹੈ। ਹੁਣ ਫਿਰ ਅੱਗੇ ਜੀਤਵਿੰਦਰ ਸਿੱਧੂ ਫੈਸਲਾ ਕਰਾਂਗੇ ਕੁਛ ਦਿਨਾਂ 'ਚ, ਆਪਦੇ ਵਰਕਰਾਂ ਨੂੰ ਪੁੱਛ ਕੇ ਮੀਟਿੰਗ ਕਰਾਂਗੇ, ਪਿੰਡ ਵਾਈਜ਼ ਕਰੀਏ ਮੀਟਿੰਗ, ਇਕੱਠੀ ਕਰੀਏ ਮੀਟਿੰਗ, ਮੀਟਿੰਗ ਕਰਕੇ ਕੋਈ ਫੈਸਲਾ ਲਵਾਂਗੇ। ਹਲੇ ਆਜ਼ਾਦ, ਹੁਣ ਆਜ਼ਾਦ ਲੜੇ ਹਾਂ ਜੀ। ਹਾਂ, ਆਜ਼ਾਦ ਤੁਸੀਂ ਪਹਿਲਾਂ ਵੀ? ਹਾਂ, ਆਜ਼ਾਦ ਲੜੇ ਹਾਂ, ਮੈਨੂੰ ਕੋਈ ਉਹ ਨਹੀਂ ਹੈ, ਮੈਨੂੰ ਆਪਦੇ ਵਰਕਰ ਤਲਵੰਡੀ ਸਾਬੋ ਵਾਲੇ 'ਤੇ ਇੰਨਾ ਵਿਸ਼ਵਾਸ ਹੈ ਕਿ ਜਿਹੜਾ ਮੇਰਾ ਵਰਕਰ ਹੈ ਮੇਰੇ ਵਾਸਤੇ 25 ਸਾਲ ਤੋਂ ਉੱਤੇ ਹੋ ਗਏ ਜੀ, ਉਹ ਲੋਕਾਂ ਨੂੰ ਖੜਿਆ, ਕਦੇ ਮੈਨੂੰ ਕੁਐਸਚਨ ਨਹੀਂ ਕੀਤਾ ਉਹਨੇ, ਸਿੱਧੂ ਸਾਹਿਬ ਠੀਕ ਹੈ, ਜੋ ਤੁਸੀਂ ਕਹਿ ਤਾ ਠੀਕ ਹੈ, ਜੋ ਤੁਸੀਂ ਕਹਿ ਤਾ ਠੀਕ, ਮਤਲਬ ਇੰਨੀ ਇੱਜ਼ਤ ਦਿੱਤੀ ਆ ਉਹ ਲੋਕਾਂ ਨੇ ਮੈਨੂੰ, ਅਤੇ ਮੈਨੂੰ ਹਲੇ ਵੀ ਉਹਨਾਂ 'ਤੇ ਇੰਨਾ ਹੀ ਭਰੋਸਾ ਜੀ, ਅਤੇ ਮੈਂ ਵੀ ਇਹੀ ਗੱਲ ਕਰਦਾ ਕਿ ਮਰਦੇ ਦਮ ਤੱਕ ਇਹ ਹੈ ਕਿ ਤੁਹਾਡੀ ਬਾਂਹ ਨਹੀਂ ਛੱਡਦਾ। ਕਾਂਗਰਸ ਦੇ ਵਿੱਚ ਜਾ ਸਕਦੇ? ਕੁਛ ਨਹੀਂ ਕਹਿ ਸਕਦਾ ਮੈਂ, ਇਟ ਇਜ਼ ਟੂ ਅਰਲੀ ਟੂ ਸੇ ਐਨੀਥਿੰਗ, ਕਿਉਂਕਿ ਬਹੁਤ ਲੋਕ ਇਹ ਵੀ ਕਹਿ ਰਹੇ ਆ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਥੋੜੀ ਜੀ ਕਾਮ ਹੈ ਕਹਿਣਾ, ਨਹੀਂ ਨਹੀਂ ਠੀਕ ਹੈ ਨਾ, ਨਜ਼ਦੀਕੀ ਆ ਵੀ ਬੀਜੇਪੀ, ਨਜ਼ਦੀਕੀ ਮੈਂ ਕੈਪਟਨ ਅਮਰਿੰਦਰ ਸਿੰਘ ਜੀ, ਮੈਂ ਮੰਨਦਾ ਮੈਂ ਨਜ਼ਦੀਕੀ ਹਾਂ ਜੀ। ਦੇਖੋ
ਆਪਾਂ ਨਾ ਪੋਲੀਟਿਕਸ ਇਹ ਲੈ ਲੈਂਦੇ ਕਿ ਇਹ ਪੋਲੀਟੀਕਲ ਡਿਵਾਈਡ ਹੋ ਗਿਆ ਜੀ, ਇਹ ਫਲਾਨੀ ਪਾਰਟੀ 'ਚ ਹੋ ਗਿਆ, ਇਹ ਫਲਾਨੀ ਪਾਰਟੀ 'ਚ ਹੋ ਗਿਆ, ਹੁਣ ਇਹਨਾਂ ਦੇ ਰਿਸ਼ਤੇ ਵੀ ਟੁੱਟ ਗਏ ਜੀ। ਸੋਸ਼ਲੀ ਤੁਸੀਂ ਮਿਲਦੇ ਰਹਿੰਦੇ ਹੋ ਜੀ, ਠੀਕ ਹੈ ਨਾ। ਜਦੋਂ ਅਸੀਂ ਕਾਂਗਰਸ 'ਚ ਸੁਖਬੀਰ ਨੂੰ ਮਿਲਦੇ ਨਹੀਂ ਸੀ, ਸਭ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਆਸ਼ੀਰਵਾਦ ਨਹੀਂ ਲੈਂਦੇ ਸੀ? ਲੈਂਦੇ ਸੀ, ਕਿਉਂ ਨਹੀਂ ਲੈਂਦੇ ਸੀ? ਬਜ਼ੁਰਗ ਨੇ, ਕੁਛ ਸਿੱਖਾਂਗੇ ਹੀ। ਕੈਪਟਨ ਅਮਰਿੰਦਰ ਸਿੰਘ ਜੇ ਇੱਜ਼ਤ ਕਰਦੇ ਹਾਂ ਤਾਂ ਅੱਜ ਵੀ ਕਰਦੇ ਹਾਂ, ਉਹਨਾਂ ਨੇ ਬਹੁਤ ਕੁਛ ਮੈਨੂੰ ਸਿਖਾਇਆ, ਬਹੁਤ ਕੁਛ ਉਸ ਇਨਸਾਨ ਤੋਂ ਸਿੱਖਿਆ। ਮੈਂ ਨਹੀਂ ਕਹਿੰਦਾ, ਠੀਕ ਹੈ, ਅੱਜ ਕਾਂਗਰਸ 'ਚ ਨਹੀਂ ਉਹ ਬੀਜੇਪੀ 'ਚ ਨੇ ਜੀ, ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਤੁਸੀਂ ਬੀਜੇਪੀ 'ਚ ਕਿਉਂ ਚਲੇ ਗਏ। ਜੀ ਧਰਮਿੰਦਰ ਦੇ ਮਗਰ ਸਾਰੀ ਦੁਨੀਆ ਪੈ ਜਾਂਦੀ ਹੈ ਕਿ ਪਾਰਟੀ ਛੱਡ ਗਿਆ, ਪਾਰਟੀ ਛੱਡ ਗਿਆ, ਦੁਨੀਆ ਛੱਡ ਰਹੀ ਹੈ, ਕੋਈ ਕੱਢੇ ਜਾ ਰਹੇ, ਕੋਈ ਛੱਡ ਰਹੀ ਹੈ। ਮੈਨੂੰ ਦੱਸੋ, ਇਜ਼ ਇਟ ਅ ਨਿਊ ਫੀਨੋਮਨਾ? ਕੋਈ ਨਹੀਂ, ਜਾਂਦੇ ਹੀ ਹੈ ਲੋਕ, ਆਉਂਦੇ ਵੀ ਹੈ ਲੋਕ, ਜਾਂਦੇ ਵੀ ਹੈ, ਪਰ ਅਨਫੋਰਚੁਨੇਟਲੀ ਅਕਾਲੀ ਦਲ ਤੋਂ ਜਾ ਜ਼ਿਆਦਾ ਰਹੇ ਨੇ, ਆ ਕੋਈ ਨਹੀਂ ਰਿਹਾ। ਇਹ ਇੱਥੇ ਦੁੱਖ ਆਉਂਦਾ, ਦੈਟ ਮੀਨਸ ਦੇਰ ਇਜ਼ ਸਮਥਿੰਗ ਡਰਾਸਟਿਕਲੀ ਰੋਂਗ ਸਮਵੇਅਰ। ਹੁਣ ਜੇ ਜੀ ਧਰਮਿੰਦਰ ਨੂੰ ਕੱਢਤਾ, ਠੀਕ ਹੈ, ਚਲੋ ਤੁਹਾਡੀ ਮਰਜ਼ੀ ਹੈ, ਤੁਹਾਡੀ ਪਾਰਟੀ ਹੈ, ਕੱਢ ਦਿਓ। ਨੈਕਸਟ ਵਾਟ? ਦਾ ਜਵਾਬ ਕੀ ਦਵਾਂ? 1, 2, 3, 4, 5 ਕੋਈ ਤਾਂ ਹੋਵੇ। 0.1 ਰਿਬਟਲ ਕਰਾਂ, 0.2 ਰਿਬਟਲ ਕਰਾਂ। ਹੈਵ ਦੇ ਗਿਵਨ ਮੀ, ਮੈਨੂੰ ਚਾਂਸ ਦਿੱਤਾ ਉਹਨਾਂ ਨੇ? ਕਿਉਂਕਿ ਜਿੱਥੇ ਬਹੁਤ ਸਾਰੇ ਲੀਡਰ, ਇੱਥੇ ਮੈਂ ਇੱਕ ਗੱਲ ਕਹੂੰਗਾ, ਮਾਫੀ ਚਾਹਣਾਗਾ, ਜਿਵੇਂ ਹਲਕਾ ਮੌੜ ਦੀ ਮੈਂ ਗੱਲ ਕਰਾਂ, ਸਿਕੰਦਰ ਸਿੰਘ ਮਲੂਕਾ ਉੱਥੋਂ ਹਲਕਾ ਇੰਚਾਰਜ ਲੱਗੇ ਨੇ, ਬਹੁਤ ਸਾਰੀਆਂ ਚੀਜ਼ਾਂ ਆਈਆਂ। ਚਲੋ ਪਹਿਲਾਂ 24 ਦਾ ਇਲੈਕਸ਼ਨ ਆ, 27 ਦਾ ਬਹੁਤ ਲੇਟ ਆ, ਵੀ ਇਹ ਜਿਹਾ ਕਿਹੜਾ ਇਹੋ ਜਿਹਾ ਹੋ ਗਿਆ ਸੀਗਾ ਕੰਮ? ਕਿਉਂਕਿ ਤੁਸੀਂ ਪੁਰਾਣੇ ਬੰਦੇ ਹੋ, 4 ਵਾਰ MLA ਰਹੇ ਹੋ, ਵੋਟ ਬੈਂਕ ਤੁਹਾਡਾ ਨਿੱਜੀ ਵੀ ਆ, ਅਕਾਲੀ ਦਲ ਦਾ ਵੋਟ ਬੈਂਕ ਵੀ ਆ, ਵੀ ਕਿਤੇ ਨਾ ਕਿਤੇ ਤਾਂ ਬਹੁਤ ਗੱਲਾਂ ਹੋਈਆਂ ਹੋਣਗੀਆਂ ਨਾ, ਵੀ ਇੱਦਾਂ ਹੋ ਗਿਆ ਤਾਂ ਫਿਰ ਤਾਂ ਪਾਰਟੀ, ਖੇਤਰੀ ਪਾਰਟੀ ਨੂੰ ਲੈ ਕੇ ਜਿੱਥੇ ਗੱਲ ਹੁੰਦੀ ਆ, ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਧਰਨਾ ਵੀ ਲੱਗਿਆ ਸੀ, ਸ਼ਾਇਦ ਤੁਸੀਂ ਉੱਥੇ ਨਹੀਂ ਮੌਜੂਦ ਸੀ, ਵੀ ਉਹ ਚੀਜ਼ਾਂ ਇੱਕ ਪਾਸੇ ਹੋ ਰਹੀਆਂ ਤੇ ਇੱਕ ਪਾਸੇ ਜਿਹੜੇ ਪਾਰਟੀ ਦੇ ਸੀਨੀਅਰ ਬੰਦੇ ਆ ਉਹ ਪਾਸੇ ਜਾ ਰਹੇ, ਵੀ ਇਹ ਕਿਹੜੇ ਪਾਸੇ ਨਹੀਂ ਜਾ ਰਹੇ? ਅਸੀਂ ਕਿਤੇ ਨਹੀਂ ਗਏ, ਨਾ ਜਾਣ ਦੀ ਇੱਛਾ ਸੀ। ਜੇ ਤੁਸੀਂ ਧੱਕ ਕੇ ਸਾਨੂੰ ਕੱਢ ਹੀ ਦਿਓਗੇ ਤਾਂ ਸਾਡੇ ਕੋਲ ਆਪਸ਼ਨ ਕੀ ਹੈ ਹੋਰ? ਦੱਸੋ ਮੈਨੂੰ, ਵਾਟ ਆਪਸ਼ਨ ਡੂ ਹੈ? ਰਾਤ ਨੂੰ 8 ਵਜੇ ਪ੍ਰੈਸ ਸਟੇਟਮੈਂਟ ਆ ਜਾਂਦੀ ਹੈ ਕਿ ਅਸੀਂ ਜੀਤ ਮਹਿੰਦਰ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਂ ਜਵਾਬ ਹੀ ਨਹੀਂ ਦਿੱਤਾ, ਜਿਹੜਾ ਕਿ ਆਉਣਾ, ਪਤਾ ਹੀ ਆਪਾਂ ਨੂੰ, ਆਈ ਨੋ ਹਾਊ ਦਾ ਸਿਸਟਮ ਵਰਕਸ, ਮੈਨੂੰ ਪਤਾ ਅਸੀਂ ਸਿਸਟਮ 'ਤੇ ਪੈਦਾ ਹੋਏ ਹਾਂ, ਬਿਊਰੋਕਰੇਸੀ ਦਾ ਵੀ ਪਤਾ ਸਾਨੂੰ, ਪੋਲੀਟਿਕਸ ਵੀ ਪਤਾ, ਇੱਥੋਂ ਹੀ ਅਸੀਂ ਨਿਕਲੇ ਹਾਂ, ਸੋ ਵੀ ਨੋ ਹਾਊ ਥਿੰਗਸ ਵਰਕ। ਸੋ ਇਸ ਕਰਕੇ ਸਾਨੂੰ ਪਤਾ ਕਿ ਸ਼ਾਮ ਦੇ 8 ਵਜੇ ਪ੍ਰੈਸ ਸਟੇਟਮੈਂਟ ਆ ਜਾਣੀ ਹੈ ਕਿ ਬਈ ਕੋਈ ਜਵਾਬ ਨਹੀਂ ਆਇਆ, ਇਸ ਕਰਕੇ ਅਸੀਂ ਜੀਤਮਿੰਦਰ ਸਿੰਘ ਨੂੰ ਸਦਾ ਲਈ ਪਾਰਟੀ 'ਚੋਂ ਕੱਢਤਾ। ਠੀਕ ਹੈ, ਤੁਸੀਂ ਕੱਢਤਾ, ਇਸ ਤੋਂ ਬੈਟਰ ਮੈਂ ਨਿਕਲ ਗਿਆ। ਤੁਹਾਡਾ ਪਰਪਸ, ਗੱਲ ਸੁਣੋ, ਪਰਪਸ ਹੱਲ ਹੋ ਗਿਆ ਨਾ। ਪਰਪਸ ਆਫ ਦਿਸ ਸ਼ੋਅ ਕੋਜ਼ ਨੋਟਿਸ ਵਾਸ ਕਿ ਜੀਤਮਿੰਦਰ ਨੂੰ ਆਪਦੀ ਜਗ੍ਹਾ ਦਿਖਾਉਣੀ ਹੈ ਕਿ ਬਈ ਤੇਰੀ ਪਾਰਟੀ 'ਚ ਕੋਈ ਹੁਣ ਜਗ੍ਹਾ ਨਹੀਂ ਹੈ। ਮੈਂ ਮੰਨ ਲਈ, ਆਈ ਐਮ ਥੈਂਕਫੁਲ ਟੂ ਦੈਮ, ਸਰ ਸੁਖਬੀਰ ਸਿੰਘ ਬਾਦਲ, ਕਿ ਚਲੋ ਧੰਨਵਾਦ ਤੁਹਾਡਾ, ਜੋ ਮੇਰੇ ਵਾਸਤੇ ਕੀਤਾ ਉਹਦਾ ਧੰਨਵਾਦ, ਜੋ ਮੇਰੇ ਵਾਸਤੇ ਨਹੀਂ ਕੀਤਾ ਉਹਦਾ ਵੀ ਧੰਨਵਾਦ। ਹੁਣ ਜੀਤਮਿੰਦਰ ਸਿੰਘ ਸਿੱਧੂ 2027 ਮਤਲਬ ਸਟੇਟ ਨੂੰ ਦੇਖਣਗੇ, ਹਲਕੇ ਨੂੰ ਦੇਖਣਗੇ ਕਿ ਉਹ ਦੂਜੀ ਪੋਲਿਟਿਕਸ? ਹਾਲਾਤ ਦੱਸਣਗੇ ਜੀ, ਹਾਲਾਤ ਦੱਸਣਗੇ। ਇੰਨਾ ਫਿਊਚਰ ਕੋਈ ਪ੍ਰੈਡਿਕਟ ਵੀ ਨਹੀਂ ਕਰ ਸਕਦਾ, ਇਹਦੇ ਸਿਆਣਪ ਵੀ ਨਹੀਂ ਕਿ ਅੱਜ ਮੈਂ 2027 ਦੀ ਗੱਲ। ਪਰ ਤੁਸੀਂ ਕਹਿੰਦੇ ਹੋ ਤੁਹਾਡਾ ਹਮੇਸ਼ਾ ਤੋਂ ਇਹ ਬਿਆਨ ਰਿਹਾ ਜਦੋਂ ਦੇ ਤੁਸੀਂ ਆਜ਼ਾਦ ਆਏ ਹੋ, ਤੁਹਾਡਾ ਅੱਜ ਵੀ ਉਹੀ ਬਿਆਨ ਸੀ ਵੀ ਅਸੀਂ ਲੋਕ ਸੇਵਾ ਕਰਦੇ। ਚਲੋ ਸਾਰੇ ਮੰਤਰੀ ਕਹਿੰਦੇ, ਪਰ ਤੁਸੀਂ ਬਹੁਤ ਵਿਹਾਵ ਤੇ ਤਲਵੰਡੀ ਸਾਬੋ 'ਚ ਚਰਚਾ ਵੀ ਹੁੰਦੀ ਆ, ਠੀਕ ਆ, ਤਕੜਾ ਪਰਿਵਾਰ ਆ ਤੁਹਾਡਾ, ਆਰਥਿਕ ਪੱਖ ਤੋਂ ਵੀ ਬਹੁਤ ਮਜ਼ਬੂਤ ਹੋ, ਵੀ ਇਹ ਵੀ ਕਹਿਣੇ ਵੀ ਅਸੀਂ ਸੇਵਾ ਕਰਦੇ, ਪਰ ਤੁਸੀਂ ਉਹ ਲੋਕਾਂ ਲਈ ਜਿਹੜੇ ਲੋਕ ਤੁਹਾਨੂੰ ਵੋਟ ਪਾਉਂਦੇ ਨੇ, ਚਾਹੇ ਤੁਸੀਂ ਹਾਰਦੇ ਹੋ ਚਾਹੇ ਜਿੱਤਦੇ ਹੋ, ਉਹਨਾਂ ਲਈ ਤੁਸੀਂ ਕੁਛ ਤਾਂ ਪਲੈਨਡ ਕੀਤਾ ਹੋਊ ਵੀ ਮੈਂ ਆਹ ਚੀਜ਼ ਕਰੂੰਗਾ, ਨਹੀਂ ਮੈਂ ਪਾਸੇ ਬੈਠੂ, ਮਤਲਬ ਪਾਸੇ ਤਾਂ ਕਿਉਂ ਬੈਠੂਗਾ ਜੀ? ਅੱਧੀ ਨਾਲੋਂ ਜ਼ਿਆਦਾ ਜ਼ਿੰਦਗੀ ਇਸ ਕੰਮ 'ਚ ਲਾਤੀ ਅਤੇ ਹੁਣ ਪਾਸੇ ਕਾਹਦੇ ਵਾਸਤੇ ਬੈਠਣਾ? ਉਹ ਜਿੰਨੀ ਹੈਗੀ ਲਾਉਣੀ ਤਾਂ ਇੱਥੇ ਲੋਕਾਂ 'ਚ ਹੀ ਪੈਣੀ ਹੈ, ਅਤੇ ਚੰਗੇ ਵਾਸਤੇ ਲਾਵਾਂਗੇ ਜੀ, ਚੰਗੇ ਵਾਸਤੇ ਲਾਵਾਂਗੇ, ਅਤੇ ਗੁਰੂ ਮਹਾਰਾਜ ਕਿਰਪਾ ਕਰੋ। ਬਹੁਤ ਸਾਰੇ ਯਾਦ ਕੈਂਡੀਡੇਟ ਘਟਦੇ ਜਾਂਦੇ ਆ, ਯਾਦ ਦੇਖਾਂਗੇ ਤੁਹਾਨੂੰ 27 ਦੇ ਵਿੱਚ। ਗੱਲ ਸੁਣੋ, 27 ਅੱਗੇ ਨਹੀਂ ਪਤਾ ਕੱਲ ਨੂੰ ਕੀ ਹੋਣਾ ਹੈ ਜੀ। ਨਹੀਂ ਪਰ ਤੁਸੀਂ ਵਰਕਿੰਗ ਤਾਂ ਹੁਣ ਤੋਂ ਸ਼ੁਰੂ ਕਰੋਗੇ, ਤੁਸੀਂ ਉੱਥੇ ਕਿਹਾ ਵੀ ਬੀਬੀ ਮੈਂ ਪੁਰਾਣੇ ਸਟਾਈਲ 'ਚ ਆਊਂਗਾ। ਹਾਂ, ਪੁਰਾਣੇ ਸਟਾਈਲ 'ਚ ਮਤਲਬ ਕਿ ਇੰਟਰੈਕਸ਼ਨ? ਜੀ ਜੀ, ਬੇਸਿਕਲੀ ਗੱਲ ਇਹ ਸੀ ਕਿ ਪੁਰਾਣੇ ਸਟਾਈਲ 'ਚ ਆਉਣ ਦਾ ਮਤਲਬ ਇਹ ਨਹੀਂ ਕਿ ਮੈਂ ਪਤਾ ਨਹੀਂ ਕੀ ਕਰ ਦੂੰਗਾ, ਇਹ ਸੀ ਕਿ ਮੇਰੀ ਇੰਟਰੈਕਸ਼ਨ ਮੀਡੀਆ ਨਾਲ ਬਹੁਤ ਹੁੰਦੀ ਸੀ। ਜੀ ਜੀ, ਮਿਲਦੇ ਸੀ, ਵਿਚਾਰ ਕਰਦੇ ਸੀ, ਪ੍ਰੈਸ ਨੋਟ ਬਣਾਉਂਦੇ ਹੁੰਦੇ ਸੀ, ਉਹ ਕੁਛ ਸਮੇਂ ਵਾਸਤੇ, ਕਿਉਂਕਿ ਹਰ ਪਾਰਟੀ ਦਾ ਆਪਦਾ ਢਾਂਚਾ ਹੁੰਦਾ, ਆਪਦਾ ਵਰਕਿੰਗ ਦਾ ਸਟਾਈਲ ਹੁੰਦਾ। ਅਕਾਲੀ ਦਲ 'ਚ ਇਹ ਕੰਸੈਂਟ੍ਰੇਟਿਡ ਐਟ ਦੀ ਟੌਪ ਹੈ,
जो करना उतो ही होना है असं भी मान लीए गल कि ठीक है भी तुम करी चलो सो उसे दखल अंदाजी करो कई पसंद भी नहीं आनी वो चीज़ कि भी ये आपदे तौर इतने तो कुछ बिना किते ही नहीं इन्हों पसंद जे कोई कर लेंगे तो फिर बिल्कुल ही कम निबड़ गया से मैं लास्ट सवाल करूँ जिम्मे को वाला अहदा भी पार्टी जी पार्टी मीटिंग दे कोई किंतु परंतु तो नहीं करते ज्यादा मैं तो बोलते ही नहीं होंगे बोलते नहीं ना चुप जे पूछा तो बोलना है पार्टी मीटिंग का मतलब यह होंगे ये नहीं कि खड़े होके उ बोली जाओ पार्टी मीटिंग का मतलब यह होंगे प्रधान जी बैठे ने हाँ बी जितमेंद्र जी तेरी की सलाह इस बारे खड़े होके दस दियो नहीं तो बैठे हो आपके नोट बनाए हुए ने कदे किंतु परंतु मैं जो किंतु परंतु करना होंगे कोई मेरी प्रेस स्टेटमेंट दस दियो जी कोई क्वेश्चन श्रोमणी अकाली दल की लीडरशिप प्रधान साड़ी एम पी बीबा हरसिमरत कौर बादल ओदे प्रति कोई किंतु परंतु ओदे वर्किंग स्टाइल च किंतु परंतु कदे जितमेंद्र की कोई स्टेटमेंट देखी होवे कोई तुसी मेरा बयान ही सोशल मीडिया बहुत स्ट्रोंग है मैं भी बैठ के सामने रख के कैमरा बना सकता कि आए नहीं जी आए बट हैव यू एवर सीन इट नेवर व्हाई प्रिंसिपल की प्रधान प्रधान है ओदी जिम्मेवारी है पर इट डजंट लीड टू दिस फॉर व्हाट एंड की है व्हाट इज द एंड उन्हां वास्ते एंड हो सकता मेरे वास्ते बिगनिंग है जी जिहड़ा एक सवाल मैं पहला पुछे उही दुबारा जो हम लोगों के जाऊंगे चलो तुहानूं भी पता गा भी लोगों के आम चर्चा जिहड़ी उह स्टेबिलिटी वाली गल आ उत्थे लोगों नूं तुसीं इह गल समझाओगे भी हाँ मैं पहला कांग्रेस च फिर इधर आया उन्हां नूं कोई देखो जी मेरे बंदियां नूं कोई फर्क नहीं पैंदा किहड़ी पार्टी च जी जितमेंद्र कायम होना चाहिए गुरु महाराज की कृपा होनी चाहिए है जी ठीक है ना लोगों का साथ होना चाहिए कम कराने जोगे असीं हैगे लोगों के छोटे मोटे कम होंदे आ अज भी ना नहीं करते जी ठीक है ना जदों मर्जी 24 घंटे असीं हाजिर हाँ ठीक है ना कम कराने लोगों विचरते हैं यही एक चीज़ लेके चले सी 26-27 साल पहला जी तो गुरु ने कृपा की है चार बार मेले बनाता लोग तो एक बार सारी उम्र तरसते बनू ठीक कंटेंटमेंट बहुत है पर दुख है कि इट शुड हैव नॉट लेड टू दिस कह देंदे मैनू कि तेरी लोड़ नहीं मैं पासा वट जाता पर जलील करना शो कॉज नोटिस देना वीडियो च पा देना मीटिंगा सद लेनिया वो कोई सहना नहीं थोड़ा बंदा कोई बखाना तो नहीं जितमिंदर सिंह सिद्धू सुखबीर सिंह बादल दा निजी बंदा है परिवार दा निजी बंदा है जी। सारी उम्र होगी मेरे फादर नू मेनू थोड़े नाल उठते बैठते दुख सुख चाहते इन्ना भी नहीं करते कि उतो इतने टेलीफोन कर दे कि यार आ जा ਤੁਹਾਡੇ ਬਾਰੇ ਕੋਈ ਕੋਈ ਗੱਲ ਮੈਂ ਕਹਿੰਦਾ ਉਨੀ ਵੀ ਕੋਈ ਗਲਤ ਗੱਲ ਸੁਣੀ ਵੀ ਹੋਊ ਕਿ ਸੁਖਬੀਰ ਸਿੰਘ ਬਾਦਲ ਜਿਤਮਿੰਦਰ ਨੂੰ ਤਾੜ ਨਹੀਂ ਸਕਦਾ ਸੀ ਛੋਟਾ ਭਰਾ ਹੋਣ ਦੇ ਨਾਲ ਕਿ ਯਾਰ ਤੂੰ ਜਿਤਮਿੰਦਰ ਆ ਕੀ ਮੈਂ ਸੁਣੀ ਜਾਂਦਾ ਆ ਕੀ ਹੈ ਜੀ ਇਹ ਕੋਈ ਰਿਲੇਸ਼ਨਸ਼ਿਪ ਹੈ ਜਿਹੜੀ ਮੀਟਿੰਗ ਦਾ ਤੁਸੀਂ ਜ਼ਿਕਰ ਕਰਦੇ ਹੋ ਹੋਈ ਹੈ ਇੱਥੇ ਕਿਹੜੀ ਮੀਟਿੰਗ ਜਿਹੜੀ ਦਾ ਤੁਸੀਂ ਵੀ ਟਰਾਂਸਪੋਰਟ ਇੱਥੇ ਕੋਈ ਮੀਟਿੰਗ ਹੋਈ ਜਾਂ ਇਦਾਂ ਦਾ ਕੁਝ ਕੱਲ ਹੋਈ ਮੀਟਿੰਗ ਕੱਲ ਮੀਟਿੰਗ ਹੋ ਕੇ ਕਹਾਇਆ ਗਿਆ ਹੈ ਕਿ ਜਿਤਮਿੰਦਰ ਦੇ ਉਲਟ ਬੋਲੋ ਉਸ ਤੋਂ ਬਾਅਦ ਆ ਨਤੀਜਾ ਨਿਕਲਿਆ ਤੇ ਲਿਸਟ ਹੈ ਮੇਰੇ ਕੋਲੇ ਸਾਰਿਆਂ ਦੀ ਜਿਹੜਾ ਜਿਹੜਾ ਕੀ ਕੀ ਬੋਲਿਆ ਰਿਕਾਰਡਿੰਗਸ ਹੈ ਮੇਰੇ ਕੋਲੇ ਇਹ ਤਾਂ ਹੈ ਨਹੀਂ ਕਿ ਜਿਹੜੇ ਬੰਦੇ ਉੱਥੇ 100 ਬੰਦਾ ਗਿਆ ਉਹਦੇ ਚੋਂ ਮੇਰਾ ਬੰਦਾ ਹੀ ਨਹੀਂ ਗਿਆ 60% ਤਾਂ ਮੇਰੇ ਬੰਦੇ ਸੀ ਉੱਥੇ ਗਏ ਜਿਹੜੇ ਤੇ ਫਿਰ ਉਹ 60% ਨੇ ਆਖਿਆ ਨਹੀਂ ਵੀ ਜੀਤਮਿੰਦਰ ਸਿੰਘ ਸਿੱਧੂ ਸਹੀ ਹੈ ਉੱਥੇ ਅਗਲਾ ਨਹੀਂ ਬੋਲਦਾ ਸੀ ਅਗਲਾ ਸੁਣ ਲਿਆ ਆ ਕੇ ਦੱਸਤੀ ਗੱਲ ਗੱਲ ਦੱਸਤੀ ਕਿ ਸਿੱਧੂ ਸਾਹਿਬ ਤਿਆਰੀ ਕਰ ਲਓ ਆ ਹੋ ਰਿਹਾ ਜੀ ਮੇਰਾ ਲਾਸਟ ਸਵਾਲ ਆ ਜੀ ਸਿੱਧੂ ਸਾਹਿਬ ਲੋਕ ਸਭਾ ਨੂੰ ਲੈ ਕੇ ਅਕਾਲੀ ਦਲ ਦਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈਗਾ ਆਈ ਵਿਸ਼ ਦੇ ਵੈਲ ਜੀ ਆਈ ਵਿਸ਼ ਦੇ ਆਲ ਦੀ ਬੈਸਟ ਆਈ ਵਿਸ਼ ਹਰਸਿਮਰਤ ਆਲ ਦੀ ਬੈਸਟ ਜੀ ਬਾਕੀ ਕਿਸਮਤ ਦੀ ਗੱਲਾਂ ਆਪਾਂ ਤਾਂ ਕਹਿ ਸਕਦੇ ਆ ਜੀ ਆਈ ਡੋਨਟ ਵਿਸ਼ ਬੈਡ ਫॉर देम ਠੀਕ ਹੈ ਇਕੱਠੇ ਕੰਮ ਕੀਤਾ ਹੈ ਅੱਛਾ ਅਸੀਂ ਕੰਮ ਕੀਤਾ ਹੈ ਰਿਗਰੈਟ ਮੈਨੂੰ ਹੈ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਐਮਪੀ ਬਣਾਇਆ ਹੈ ਆਪਦੀ ਪੋਲੀਟੀਕਲ ਕੈਰੀਅਰ ਦਾ ਤੇ ਲਾ ਕੇ ਜੀ ਦੇ ਸ਼ੁਡ ਸ਼ੀ ਸ਼ੁਡ ਨਾਟ ਫੋਰਗੇਟ ਇਟ ਐਵਰ If she has this much of humanity in her, कुछ मतलब उन्हें है इंसानियत इंसानियत सारी उम्र याद रखना चाहिए कि जितमिंदर ने एडा वड्डा फैसला लैके मैनू योगदान पाया मेरी जीत 12,000 जीते से असी तलवंडी साबो तो जी तो 30,000 हारे सी बठिंडे मानसे होर सिद्धू साहब तुसी समय दित्ता तुहाडा बहुत धन्यवाद थैंक यू सो ए सी जितमिंदर सिंह सिद्धू
इन्होंने कहता भी अगे अकाली दल दे जां बीबा हरसिमरत कौर बादल दे भाग ने भी 2024 दे विच की हुंदा गा, पर इन्होंने अकाली दल नूं सदा लई अलविदा कह दिता गा। इन्हां नूं दुख आ भी इन्हां नूं जिहड़ा इह एक पुरस्कार दिता गया गा, भी इह पुरस्कार क्यों दिता गया, इन्होंने अकाली दल की सेवा की। हुणे तां अकाली दल की सीनियर लीडरशिप अनुशासनी कमेटी या कोर कमेटी ने दसना गा मीडिया नूं या लोकां नूं भी असी जीतमिंदर सिंह सिद्धू नूं क्यों कढ़िया जां वो कित्थे गलत सी। इह आउण वाला समां दसूगा भी 24 दे विच बठिंडा लोक सभा हल्के तो अकाली दल कित्थे स्टैंड करदा गा। अगे फिर हाज़र होवांगे किसी होर सियासी मुलाकात दे नाल। हुण अपने दोस्त रतनदीप सिंह धालीवाल नूं दिओ इजाजत, देखते रहो टॉक विद रतन। धन्यवाद जी। धन्यवाद जी।